ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਭਾਰਾ। ਪੰਜਵੇਂ ਭਾਗ ਵਿੱਚ ਸੁਣੋ ਸ਼ਹੀਦ ਬੀਬੀ ਜਤਿੰਦਰ ਕੌਰ ਉਰਫ ਰਾਜਵੀਰ ਕੌਰ ਨਾਗੋਕੇ ਅਤੇ ਸ਼ਹੀਦ ਬੀਬੀ ਰਣਜੀਤ ਕੌਰ ਨਾਗੋਕੇ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1700 ਸੰਮਤ 524, 2 अक्तूबर 1992, ਸਮਰਾਲਾ ਸ਼ਹਿਰ, ਬਾਅਦ ਦੁਪਹਿਰ। 3 अक्तूबर 1992 ਨੂੰ ਜਦੋਂ ਅਖਬਾਰਾਂ ਪੰਜਾਬ ਵਾਸੀਆਂ ਦੇ ਬਰੂਹਾਂ 'ਤੇ ਪੁੱਜੀਆਂ ਤਾਂ ਮੁੱਖ ਪੰਨੇ 'ਤੇ ਵੱਡੀ ਸੁਰਖੀ ਵਾਲੀ ਖਬਰ ਪੜ੍ਹ ਕੇ ਚਾਰੇ ਪਾਸੇ ਚਰਚਾ ਹੋਣ ਲੱਗ ਪਈ। ਅਖਬਾਰਾਂ 'ਚ ਪੁਲਿਸ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਆਧਾਰਿਤ ਛਪੀਆਂ ਖਬਰਾਂ ਮੁਤਾਬਕ 2 ਅਕਤੂਬਰ ਨੂੰ ਸਮਰਾਲਾ ਬੱਸ ਅੱਡੇ ਦੇ ਬਾਹਰ ਇੱਕ ਨਾਕੇ ਦੌਰਾਨ ਦੁਪਹਿਰ 3:45 'ਤੇ ਇੱਕ ਸਕੂਟਰ ਜਿਸ 'ਤੇ 2 ਆਦਮੀ ਅਤੇ ਇੱਕ ਔਰਤ ਜਿਸ ਨੇ 7-8 ਮਹੀਨਿਆਂ ਦਾ ਇੱਕ ਬੱਚਾ ਚੁੱਕਿਆ ਹੋਇਆ ਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਰੁਕਣ ਦੀ ਬਜਾਏ ਬੱਸ ਅੰਡੇ ਅੰਦਰ ਕਮਰੇ ਵਿੱਚ ਜਾ ਕੇ AK-47 'ਤੇ ਪਿਸਤੌਲ ਨਾਲ ਪੁਲਿਸ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਧੇ ਘੰਟੇ ਦੇ ਮੁਕਾਬਲੇ ਤੋਂ ਬਾਅਦ ਦੋਵੇਂ ਆਦਮੀ ਤੇ ਔਰਤ ਮਾਰੇ ਗਏ ਤੇ 7-8 ਮਹੀਨੇ ਦਾ ਜੋ ਬੱਚਾ ਸੀ ਉਹ ਬਚ ਗਿਆ। ਕਮਰੇ ਵਿੱਚੋਂ ਭਾਰੀ ਗੋਲਾ ਬਰੂਦ ਬਰਾਮਦ ਹੋਇਆ। ਬਜਾਜ ਕੰਪਨੀ ਦੇ ਸਕੂਟਰ ਦਾ ਨੰਬਰ PB11597 ਹੈ। ਅਸਲੀਅਤ, ਬੀਬੀ ਜਤਿੰਦਰ ਕੌਰ ਇਲਾਕੇ ਦੇ ਉੱਘੇ ਖਾੜਕੂ ਭਾਈ ਗੁਰਮੁਖ ਸਿੰਘ ਨਾਗੋਕੇ ਦੀ ਜੀਵਨ ਸਾਥਣ ਸਨ। ਉਹਨਾਂ ਦੇ ਕਿਸੇ ਵਫ਼ਾਦਾਰ ਨੇ ਜ਼ਰੂਰੀ ਸੁਨੇਹੇ ਲਈ ਇੱਕ ਗੁਪਤ ਠਾਰ 'ਤੇ ਬੁਲਾਇਆ। ਉਸ ਸਮੇਂ ਜਤਿੰਦਰ ਕੌਰ ਦੇ ਗੋਦੀ 6 ਮਹੀਨਿਆਂ ਦੀ ਇੱਕ ਬੱਚੀ ਵੀ ਚੁੱਕੀ ਹੋਈ ਸੀ। ਵਫ਼ਾਦਾਰ ਲਾਲਚਵਸ ਪੁਲਿਸ ਦੀ ਕਾਲੀ ਬਿੱਲੀ ਬਲੈਕ ਕੈਟ ਬਣ ਚੁੱਕਿਆ ਸੀ। ਚਾਰੇ ਪਾਸੇ ਪੁਲਿਸ ਅਤੇ ਫੌਜ ਦੇਖ ਕੇ ਜਤਿੰਦਰ ਕੌਰ ਨੇ ਭਾਈ ਗੁਰਮੁਖ ਸਿੰਘ ਨੂੰ ਇਸ਼ਾਰਾ ਕੀਤਾ। ਕੁਝ ਮੁੱਠਭੇੜ ਹੋਈ ਪਰ ਉਹਨਾਂ ਕੋਲ ਅਸਲਾ ਨਾ ਮਾਤਰ ਹੋਣ ਕਾਰਨ ਸਾਇਨਾਈਡ ਕੈਪਸੂਲ ਖਾ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ। 6 ਮਹੀਨਿਆਂ ਦੀ ਬੱਚੀ ਨੂੰ ਪੁਲਿਸ ਲੈ ਗਈ। ਪਰਿਵਾਰਕ ਪਿਛੋਕੜ, ਬੀਬੀ ਜਤਿੰਦਰ ਕੌਰ ਦਾ ਜਨਮ ਪਿੰਡ ਤੁੰਗ, ਜ਼ਿਲ੍ਹਾ ਗੁਰਦਾਸਪੁਰ 'ਚ ਮਾਤਾ ਗੁਰਦੀਸ਼ ਕੌਰ ਅਤੇ ਪਿਤਾ ਸੂਬੇਦਾਰ ਅਜੈਬ ਸਿੰਘ ਦੇ ਘਰ ਹੋਇਆ। ਉਹਨਾਂ ਦੀਆਂ 2 ਭੈਣਾਂ ਸੁਖਰਾਜ ਕੌਰ, ਸਤਿੰਦਰ ਕੌਰ ਅਤੇ 2 ਭਰਾ ਤਜਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਸਨ। ਪਿਤਾ ਅਫਸਰ ਹੋਣ ਕਾਰਨ ਸਾਰੇ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਦਿਵਾਈ। ਜਤਿੰਦਰ ਕੌਰ ਨੇ ਬੈਚੁਲਰ ਆਫ ਆਰਟਸ ਦੀ ਡਿਗਰੀ ਕੀਤੀ ਹੋਈ ਸੀ। ਉਹਨਾਂ ਦੇ ਆਨੰਦ ਕਾਰਜ 1988 'ਚ ਪਿੰਡ ਨਾਗੋਕੇ ਦੇ ਕਿਸਾਨ ਅਜੀਤ ਸਿੰਘ ਦੇ ਸੁਪੁੱਤਰ ਭਾਈ ਗੁਰਮੁਖ ਸਿੰਘ ਨਾਲ ਹੋਏ। ਪਿੰਡ ਨਾਗੋਕੇ ਅਰਈਆ ਤੋਂ ਖਡੂਰ ਸਾਹਿਬ ਨੂੰ ਜਾਂਦੀ ਸੜਕ 'ਤੇ, ਅਰਈਆ ਤੋਂ 15 ਕਿਲੋਮੀਟਰ 'ਤੇ, ਖਡੂਰ ਸਾਹਿਬ ਤੋਂ 5 ਕਿਲੋਮੀਟਰ ਦੂਰੀ 'ਤੇ ਜ਼ਿਲ੍ਹਾ ਅੰਮ੍ਰਿਤਸਰ 'ਚ ਸਥਿਤ ਹੈ। ਪਤੀ ਦਾ ਜੀਵਨ, ਭਾਈ ਗੁਰਮੁਖ ਸਿੰਘ ਨਾਗੋਕਾ ਦਾ ਜਨਮ ਮਾਤਾ ਸਵਰਨ ਕੌਰ ਜੀ ਦੀ ਕੁੱਖੋਂ 27 ਮਈ 1964 ਨੂੰ ਹੋਇਆ। ਉਹਨਾਂ ਦੇ 3 ਭੈਣਾਂ ਬਲਬੀਰ ਕੌਰ, ਰਣਧੀਰ ਕੌਰ, ਸੁਖਵਿੰਦਰ ਕੌਰ ਅਤੇ 2 ਭਰਾ ਸੁਖਵਿੰਦਰ ਸਿੰਘ ਸੁਖੀ ਅਤੇ ਪਲਵਿੰਦਰ ਸਿੰਘ ਹਨ। ਸੰਨ 78 ਦੇ ਨਿਰੰਕਾਰੀ ਕਤਲਕਾਂਡ ਤੋਂ ਬਾਅਦ ਉਹ ਲਗਾਤਾਰ ਸ੍ਰੀ ਦਰਬਾਰ ਸਾਹਿਬ ਜਾਣ ਲੱਗੇ, ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਚਾਰ ਸੁਣਦੇ। ਉਹਨਾਂ ਨੇ ਇਹ ਵੀ ਸੁਣਿਆ
ਪੀਬੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਤੇ ਚੱਲਦਿਆਂ ਅਮਰ ਦੀ ਦਾਤ ਦੀ ਪ੍ਰਾਪਤ ਕੀਤੀ। ਕਿਰਤ ਕਰਦਿਆਂ ਉਹਨਾਂ ਪਿੰਡ 'ਚ ਬਿਜਲੀ ਦੀਆਂ ਮੋਟਰਾਂ ਬੰਨਣ ਦੀ ਦੁਕਾਨ ਖੋਲ੍ਹ ਲਈ, ਕਿਉਂਕਿ ਉਹਨਾਂ ਨੇ ਉਦਯੋਗਿਕ ਸਿਖਲਾਈ ਕੇਂਦਰ ITI ਤੋਂ ਬਿਜਲਈ ਦਾ ਡਿਪਲੋਮਾ ਕੀਤਾ ਹੋਇਆ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਹੁਕਮਾਂ 'ਤੇ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਰਾਤ ਨੂੰ ਪਹਿਰੇ ਦੀ ਸੇਵਾ ਨਿਭਾਉਂਦੇ। ਜੂਨ 84 ਦੇ ਘੱਲੂਘਾਰੇ ਮੌਕੇ ਸੰਤਾਂ ਦਾ ਹੁਕਮ ਮੰਨ ਕੇ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਅਤੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਪਏ। ਹਥਿਆਰ ਲੈਣ, ਪਾਕਿਸਤਾਨਾਂ ਗ੍ਰਿਫਤਾਰ ਅਤੇ ਦੁਸ਼ਟਾਂ ਨੂੰ ਸੋਧਣ ਦੀਆਂ ਉਹਨਾਂ ਦੀਆਂ ਲੰਬੀਆਂ ਕਹਾਣੀਆਂ ਅਤੇ ਮਹਾਨ ਕਾਲਨਾਵਾਂ ਹਨ। ਹਥਿਆਰਬੰਦ ਜਥੇ ਦੇ ਸੰਗ ਤੁਰਨਾ। ਹਾਲਾਤ ਇਹੋ ਜਿਹੇ ਬਣੇ ਕਿ ਭਾਈ ਗੁਰਮੁਖ ਸਿੰਘ ਨਾਗੋਕੇ ਰੂਪੋਸ਼ ਹੋ ਕੇ ਸਿੱਧੇ ਹੀ ਜੰਗ 'ਚ ਜਾ ਉਤਰੇ। ਘਰ ਰਹਿਣ ਦੀ ਬਜਾਏ ਬੀਬੀ ਜਤਿੰਦਰ ਕੌਰ ਵੀ ਹਥਿਆਰਬੰਦ ਖਾਲਿਸਤਾਨ ਕਮਾਂਡੋ ਫੋਰਸ 5 ਵੜ ਜਥੇ ਦੇ ਸੰਗ ਚੱਲ ਪਏ। ਖਾੜਕੂ ਜਥੇਬੰਦੀ ਵੱਲੋਂ ਬੀਬੀ ਜਤਿੰਦਰ ਕੌਰ ਦਾ ਨਾਂ ਬੀਬੀ ਰਾਜਵੀਰ ਕੌਰ ਅਤੇ ਭਾਈ ਗੁਰਮੁਖ ਸਿੰਘ ਦਾ ਨਾਂ ਭਾਈ ਸੰਦੀਪ ਸਿੰਘ ਰੱਖਿਆ ਗਿਆ। ਭਾਈ ਗੁਰਮੁਖ ਸਿੰਘ ਨਾਗੋਕ ਤੋਂ ਵਾਹਿਗੁਰੂ ਨੇ ਧਰਮ ਲਈ ਵੱਡੀਆਂ ਸੇਵਾਵਾਂ ਲਈਆਂ, ਜਿਸ ਵਿੱਚ ਬੀਬੀ ਜਤਿੰਦਰ ਕੌਰ 'ਤੇ ਵੀ ਬਖਸ਼ਿਸ਼ਾਂ ਹੋਣ ਕਾਰਨ ਉਹਨਾਂ ਨੇ ਵੀ ਇਤਿਹਾਸਕ ਯੋਗਦਾਨ ਪਾਇਆ, ਜਿਨ੍ਹਾਂ 'ਚ 1988 ਦੇ ਆਪਰੇਸ਼ਨ ਕਾਲੀ ਗਰਜ ਦੇ ਗਦਾਰਾਂ ਦੇ ਸੋਧੇ ਲਾਉਣੇ, ਇਲਾਕੇ 'ਚੋਂ ਕਾਲੀਆਂ ਬਿੱਲੀਆਂ ਲੁਟੇਰਿਆਂ ਦੀ ਨਿਸ਼ਾਨਦੇਹੀ ਕਰਕੇ ਸਫਾਈ ਕਰਨੀ, ਮਨਜਿੰਦਰ ਬਿੱਟਾ ਅਤੇ ਭਾਜਪਾ ਦੇ ਮੰਤਰੀ ਡਾਕਟਰ ਬਲਦੇਵ ਪ੍ਰਕਾਸ਼ 'ਤੇ ਬੰਬ ਨਾਲ ਹਮਲੇ ਤੋਂ ਇਲਾਵਾ ਪੁਲਿਸ ਮੁਕਾਬਲਿਆਂ 'ਚ ਦੁਸ਼ਮਣਾਂ ਨੂੰ ਮਾਰ ਕੇ ਨਿਕਲਣਾ ਉਹਨਾਂ ਦੀ ਸਫਲ ਰਣਨੀਤੀ ਸੀ। ਪਰਿਵਾਰ ਅਤੇ ਤਸ਼ੱਦਦ। ਬੀਬੀ ਜਤਿੰਦਰ ਕੌਰ ਦੇ ਪਿਤਾ ਸਰਦਾਰ ਅਜੈਬ ਸਿੰਘ ਸੂਬੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਇਸ ਦੇ ਬਾਵਜੂਦ ਉਹਨਾਂ ਨੂੰ ਨਿੱਤ ਦਿਨ ਥਾਣਿਆਂ 'ਚ ਲਿਜਾ ਕੇ ਕੁੱਟਮਾਰ ਹੁੰਦੀ। ਬੀਬੀ ਦੇ ਸਭ ਤੋਂ ਛੋਟੇ ਭਰਾ ਭਾਈ ਤਜਿੰਦਰ ਸਿੰਘ ਨੂੰ ਪੰਜਾਬ ਪੁਲਿਸ ਨੇ ਪੰਜਾਬ ਰਾਜ ਬਿਜਲੀ ਬੋਰਡ PSEB ਦੇ ਮਹਿਕਮੇ ਦੀ ਸਰਕਾਰੀ ਨੌਕਰੀ ਤੋਂ ਪੱਕੇ ਤੌਰ 'ਤੇ ਹੀ ਸਸਪੈਂਡ ਕਰਵਾ ਕੇ ਹਿਰਾਸਤ 'ਚ ਲੈ ਕੇ ਤਸ਼ੱਦਦ ਕੀਤਾ। ਉਹਨਾਂ ਦੇ ਸਹੁਰੇ ਸਰਦਾਰ ਅਮਰ ਸਿੰਘ ਨੂੰ ਵੀ ਤਸੀਹੇ ਕੇਂਦਰਾਂ 'ਚ ਰੱਖ ਕੇ ਉਹਨਾਂ 'ਤੇ ਵੀ ਜ਼ੁਲਮ ਕੀਤਾ ਗਿਆ। ਬੱਚੀ ਪੁਲਿਸ ਕਬਜ਼ੇ 'ਚ। ਪੁਲਿਸ ਮੁਕਾਬਲੇ ਵਿੱਚ ਬੀਬੀ ਤਜਿੰਦਰ ਕੌਰ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੀ ਬੇਟੀ ਬਾਰੇ ਪੁਲਿਸ ਕੁਝ ਵੀ ਦੱਸਣ ਤੋਂ ਮੁੱਕਰ ਗਈ। ਸ਼ਹੀਦ ਬੀਬੀ ਦੇ ਪਰਿਵਾਰ, ਪਿੰਡ ਦੀ ਪੰਚਾਇਤ ਅਤੇ ਨਗਰ ਵਾਸੀਆਂ ਨੇ ਮਾਸੂਮ ਬੱਚੀ ਨੂੰ ਪੁਲਿਸ ਹਿਰਾਸਤ 'ਚ ਛਡਾਉਣ ਲਈ ਸਖ਼ਤ ਜੱਦੋਜਹਿਦ ਕੀਤੀ। ਬੱਚੀ ਤੇਜਵੀਰ ਕੌਰ ਨੂੰ ਇੱਕ ਮਹਿਲਾ ਪੁਲਿਸ ਕਰਮਚਾਰੀ ਇਹ ਕਹਿ ਕੇ ਲੈ ਗਈ ਸੀ ਕਿ ਉਸ ਦੇ ਔਲਾਦ ਨਹੀਂ। ਅਖੀਰ ਸਿੱਖ ਸੰਗਤ ਦੇ ਦਬਾਅ ਅੱਗੇ ਪੁਲਿਸ ਨੂੰ ਝੁਕਦਿਆਂ ਬੱਚੀ ਨੂੰ ਵਾਪਸ ਕਰਨਾ ਪਿਆ। ਭਾਈ ਗੁਰਮੁਖ ਸਿੰਘ ਹੋਣੀ ਮੇਰੇ ਵਿਚੋਲੇ ਸਨ। ਅਸੀਂ ਇਕੱਠੇ ਰਹਿੰਦੇ ਸਾਂ, ਇੱਕ ਦੂਜੇ ਨੂੰ ਆਮ ਹੀ ਮਿਲਦੇ। ਭੈਣ ਜੀ ਬਹੁਤ ਚੜ੍ਹਦੀ ਕਲਾ ਵਾਲੇ ਸਨ, ਅਸੀਂ ਭੈਣਾਂ ਵਾਂਗ ਰਹੇ। ਚੜ੍ਹਦੀ ਕਲਾ ਨਾਲ ਹੀ ਇਹੋ ਜਿਹੇ ਸੰਘਰਸ਼ਾਂ 'ਚ ਤੁਰਿਆ ਜਾਂਦਾ। ਮਹਾਰਾਜ ਨੇ ਉਹਨਾਂ ਦੇ ਕਰਮਾਂ 'ਚ ਸ਼ਹੀਦੀ ਲਿਖੀ ਸੀ, ਸਾਡੇ ਕਰਮਾਂ 'ਚ ਨਹੀਂ ਸੀ। ਬਹੁਤ ਹੀ ਜੀਵਨ ਵਾਲੇ ਸਨ, ਅਸੀਂ ਉਦੋਂ ਹਜ਼ੂਰ ਸਾਹਿਬ ਸੀ। ਆਣ ਕੇ ਹੀ ਅਖਬਾਰਾਂ 'ਚੋਂ ਭੈਣ ਹੋਣਾ ਦੀ ਸ਼ਹੀਦੀ ਦਾ ਪਤਾ ਲੱਗਿਆ। ਫਿਰ ਮੈਂ ਬੇਟੀ ਨੂੰ ਮਿਲ ਕੇ ਆਪਣੇ ਕੋਲ ਲੁਧਿਆਣੇ ਲਿਆਂਦਾ। ਭੈਣ ਜੀ ਦੀ ਬੇਟੀ ਨੂੰ ਮੈਂ ਆਪਣੀ ਬੱਚੀ ਦੇ ਬਰਾਬਰ ਹੀ ਪਿਆਰ ਦਿੱਤਾ। ਬੀਬੀ ਹਰਜੀਤ ਕੌਰ ਸਿੰਘਣੀ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਦੀ ਗਵਾਹੀ। ਬੇਟੀ ਤੇਜਵੀਰ ਕੌਰ ਪਿੰਡ ਰਾਮਪੁਰ, ਜੋ ਨਾਗੋ ਕੇ ਘਰਾਟ ਤੋਂ ਰਈਆ ਸੜਕ 'ਤੇ ਸਥਿਤ ਹੈ,
ਵਿਖੇ ਵਿਆਹੀ ਹੋਈ। ਮੈਨੂੰ ਬਸ ਉਦੋਂ ਤੋਂ ਹੀ ਸੁਰਤ ਹੈ ਜਦੋਂ ਮੇਰੀ ਦਾਦੀ ਮਾਤਾ ਸਵਰਨ ਕੌਰ ਪਾਲਣ ਕਰਦੀ ਸੀ। ਦਾਦਾ ਜੀ ਦੀ ਇੰਨੀ ਸੁਰਤ ਵਾਹ ਅੰਨੀ ਕੁੱਟਮਾਰ ਕਾਰਨ ਉਹ ਉੱਠ ਬੈਠ ਵੀ ਨਹੀਂ ਸਨ ਸਕਦੇ। ਅਤੇ ਫਿਰ ਮੈਂ ਖਾੜਕੂ ਸਿੰਘਾਂ ਅਤੇ ਮੇਰੀ ਮੰਮੀ ਪਾਪਾ ਬਾਰੇ ਹੁੰਦੀਆਂ ਗੱਲਾਂ ਸੁਣਦੀ ਹੁੰਦੀ ਸੀ। ਮੈਨੂੰ ਤਾਂ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਦੀ ਸਿੰਘਣੀ ਬੀਬੀ ਹਰਜੀਤ ਕੌਰ ਨੇ ਹੀ ਮਾਤਾ ਪਿਤਾ ਦੇ ਨਾਲ ਨਾ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਮਾਤਾ ਜੀ ਕੁਲਬੀਰ ਕੌਰ ਧਾਮੀ ਨੇ ਗੁਰੂ ਆਸਰਾ ਟਰੱਸਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ 'ਚ ਪੜ੍ਹਾਇਆ ਲਿਖਾਇਆ। ਮੰਮੀ ਪਾਪਾ ਦੇ ਵਿਆਹ ਵਾਲੀ ਸਾਰੀ ਐਲਬਮ ਪੁਲਿਸ ਨੇ ਫੂਕ ਦਿੱਤੀ ਸੀ, ਨਹੀਂ ਤਾਂ ਸਾਰਿਆਂ ਦੀਆਂ ਫੋਟੋਆਂ ਹੀ ਦੇਖ ਲਿਆ ਕਰਦੀ। ਮੇਰੇ ਕੋਲ ਤਾਂ ਕੋਈ ਫੋਟੋ ਵੀ ਨਹੀਂ, ਨੈੱਟ ਤੋਂ ਹੀ ਦੇਖਦੀ ਹਾਂ। ਮੰਮੀ ਅਤੇ ਪਾਪਾ ਦੀ ਬਰਸੀ ਮੈਂ ਪਿਛਲੇ 7 ਸਾਲਾਂ ਤੋਂ ਆਪਣੇ ਤੌਰ 'ਤੇ ਪਿੰਡ ਨਾਗੋ ਕੇ ਗੁਰਦੁਆਰਾ ਸਾਹਿਬ 'ਚ ਪਾਠ ਕਰਵਾ ਕੇ ਮਨਾ ਲੈਂਦੀ ਹਾਂ। ਬੇਟੀ ਤੇਜਬੀਰ ਕੌਰ ਦੇ ਸ਼ਬਦ। ਨਾਗੋ ਕੇ ਦਾ ਇਤਿਹਾਸ ਅਤੇ ਖਾੜਕੂ ਯੋਧੇ। ਤਕਰੀਬਨ 950 ਸਾਲ ਪੁਰਾਣੇ ਇਤਿਹਾਸਕ ਕਸਬਾ ਨਾਗੋ ਕੇ ਨੂੰ ਚਾਰੇ ਪਾਸੇ ਤੋਂ ਸਿੱਖ ਧਰਮ ਦੇ ਮਹਾਨ ਇਤਿਹਾਸਕ ਸਥਾਨਾਂ ਦੀ ਛਤਰਛਾਇਆ ਪ੍ਰਾਪਤ ਹੈ। ਇਹ ਪਿੰਡ 8 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਤੋਂ ਚੜ੍ਹਦੇ ਵੱਲ 5 ਕਿਲੋਮੀਟਰ 'ਤੇ ਸਾਚਾ ਗੁਰੂ ਲਾਧੋਰੇ ਦੇ ਬਾਬਾ ਬਕਾਲਾ ਤੋਂ 20 ਕਿਲੋਮੀਟਰ ਦੂਰ ਹੈ। ਗੁਰੂ ਅਮਰਦਾਸ ਜੀ ਦੇ ਭਤੀਜੇ ਬਾਬਾ ਸਾਵਣ ਮੱਲ ਜੀ ਵੀ ਇਸ ਪਿੰਡ 'ਚ ਠਹਿਰੇ ਹੋਣ ਕਰਕੇ ਉਹਨਾਂ ਦੀ ਯਾਦ 'ਚ ਇੱਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ 12ਵੇਂ ਜਥੇਦਾਰ ਊਧਮ ਸਿੰਘ ਨਾਗੋਕੇ ਦਾ ਜਨਮ ਵੀ ਇਸੇ ਧਰਤੀ 'ਤੇ 1894 'ਚ ਹੋਇਆ ਅਤੇ ਉਹਨਾਂ ਚਾਬੀਆਂ ਦੇ ਮੋਰਚੇ 'ਚ ਸ਼ਾਮਲ ਹੋ ਕੇ 6 ਮਹੀਨੇ ਕੈਦ ਕੱਟੀ। ਜਥੇਦਾਰ ਮੋਹਨ ਸਿੰਘ ਨਾਗੋਕੀ ਦੀ ਵੀ ਯਾਦਗਾਰ ਪਿੰਡ 'ਚ ਮੌਜੂਦ ਹੈ, ਜਿਨ੍ਹਾਂ ਨੇ ਆਪਣੇ ਸਮੇਂ 'ਚ ਸਾਰੇ ਸਿੱਖ ਮੋਰਜਿਆਂ 'ਚ ਸੇਵਾ ਕੀਤੀ। ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਤ ਜਥੇਦਾਰ ਅਤੇ ਫਿਰ 10 ਮਾਰਚ 1938 ਨੂੰ ਜਥੇਦਾਰ ਨਿਯੁਕਤ ਕੀਤਾ ਗਿਆ। ਇਸੇ ਪਿੰਡ ਦੇ 105 ਸਿੱਖਾਂ ਨੇ ਫਿਰੰਗੀਆਂ ਦੀ ਗੁਲਾਮੀ ਦਾ ਜੂੜਾ ਲਹਾਉਣ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇੱਕ ਵੱਧ ਦਿਮਾਗ ਫਿਰੰਗੀ ਪੁਲਿਸ ਅਫਸਰ ਨੂੰ ਪੰਜਾਬੀ ਔਰਤਾਂ ਨੂੰ ਗਲਤ ਨਜ਼ਰ ਨਾਲ ਤੱਕਣ ਅਤੇ ਮਾੜਾ ਵਿਵਹਾਰ ਕਰਨ ਦੀ ਆਮ ਆਦਤ ਸੀ। ਇਸੇ ਪਿੰਡ ਦੇ ਅਣਖੀ ਸਿੱਖਾਂ ਨੇ ਇਸ ਕੁਕਰਮ ਕਰਨ ਵਾਲੇ ਹੰਕਾਰੀ ਗੋਰੇ ਪੁਲਿਸ ਅਫਸਰ ਦੇ ਆਹੂ ਲਾ ਕੇ ਉਸ ਨੂੰ ਪਿੰਡ ਦੇ ਵਿਚਾਲੇ ਹੀ ਦਫਨ ਕਰ ਦਿੱਤਾ ਸੀ। ਇੱਥੋਂ ਦੀ ਸਿੱਖ ਸੰਗਤ ਨੇ ਸਿੰਘ ਸਭਾ ਲਹਿਰ, ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ ਆਦਿ ਮੋਰਚਿਆਂ 'ਚ ਤਨ, ਮਨ ਅਤੇ ਧਨ ਨਾਲ ਸੇਵਾ ਨਿਭਾਈ। ਇਤਿਹਾਸਕ ਅਤੇ ਜੁਝਾਰੂ ਪਿਛੋਕੜ ਵਾਲੇ ਪਿੰਡ ਨਾਗੋਕੇ ਦੀ ਧਰਤੀ ਤੋਂ, ਜਿੱਥੋਂ ਦੋ ਖਾੜਕੂ ਸਿੰਘਣੀਆਂ ਬੀਬੀ ਜਤਿੰਦਰ ਕੌਰ ਅਤੇ ਬੀਬੀ ਰਣਜੀਤ ਕੌਰ ਨੇ ਸ਼ਹਾਦਤਾਂ ਦਿੱਤੀਆਂ, ਉੱਥੇ ਇਸ ਧਰਤੀ ਨੇ ਕਈ ਨਾਮੀ ਖਾੜਕੂਆਂ ਨੂੰ ਵੀ ਜਨਮ ਦਿੱਤਾ, ਜਿਨ੍ਹਾਂ ਨੇ ਦਿੱਲੀ ਤਖ਼ਤ ਦੀਆਂ ਚੂਲਾਂ ਹਿਲਾਈਆਂ। ਇਤਿਹਾਸ ਦਾ ਇੱਕ ਹੋਰ ਸੁਨਹਿਰੀ ਪੰਨਾ ਪਿੰਡ ਨਾਗੋਕੇ ਦੇ ਇੱਕ ਖਾੜਕੂ ਸਿੰਘ ਦੇ ਹਿੱਸੇ ਆਉਂਦਾ ਹੈ। ਜਦੋਂ 9 ਜੂਨ 1984 ਨੂੰ, ਜਿਸ ਵੇਲੇ ਇੰਡੀਅਨ ਸਟੇਟ ਨੇ ਸ੍ਰੀ ਦਰਬਾਰ ਸਾਹਿਬ 'ਚ ਮੁਕੰਮਲ ਤੌਰ 'ਤੇ ਖਾੜਕੂਆਂ ਦੇ ਸਫਾਏ ਦਾ ਐਲਾਨ ਕਰ ਦਿੱਤਾ ਸੀ, ਸ੍ਰੀ ਦਰਬਾਰ ਸਾਹਿਬ ਵੱਲੋਂ ਕਿਸੇ ਅਗਿਆਤ ਖਾੜਕੂ ਦੀ ਚਲਾਈ ਗੋਲੀ ਨੇ ਇਸ ਸਟੇਟ ਦੇ ਥੰਮ੍ਹਾਂ ਨੂੰ ਕੰਬਣੀਆਂ ਛੇੜੀਆਂ ਸਨ। ਭਾਈ ਮੇਜਰ ਸਿੰਘ ਨਾਗੋਕੇ ਨੇ 9 ਜੂਨ 1984 ਨੂੰ ਸ੍ਰੀ ਰਾਮਦਾਸ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ
ਸ਼ਹਾਦਤ ਵਾਲੀ ਪਵਿੱਤਰ ਜਗ੍ਹਾ 'ਤੇ ਸ਼ਹੀਦੀ ਪ੍ਰਾਪਤ ਕੀਤੀ। ਭਾਈ ਗੁਰਮੇਜ ਸਿੰਘ ਪੁੱਤਰ ਸਰਦਾਰ ਅਜੀਤ ਸਿੰਘ ਨਾਗੋਕੇ 1992 ਨੂੰ, ਭਾਈ ਬਲਕਾਰ ਸਿੰਘ 8 ਜੂਨ 1991, ਭਾਈ ਗੁਰਚਰਨ ਸਿੰਘ ਨਾਗੋਕੇ 1993 ਨੂੰ, ਭਾਈ ਗਿਆਨ ਸਿੰਘ ਨਾਗੋਕੇ ਨੇ ਆਪਣੀ ਸਿੰਘਣੀ ਬੀਬੀ ਰਣਜੀਤ ਕੌਰ ਸਮੇਤ 25 ਅਕਤੂਬਰ 1987 ਨੂੰ, ਬਾਬਾ ਹਰਬੰਸ ਸਿੰਘ ਨਾਗੋਕੇ ਉਮਰ 60 ਸਾਲ, ਭਾਈ ਜਗੀਰ ਸਿੰਘ ਨਾਗੋਕੇ, ਭਾਈ ਕੁਲਵੰਤ ਸਿੰਘ, ਭਾਈ ਮੰਗਲ ਸਿੰਘ 1993 ਨੂੰ, ਭਾਈ ਨਾਜਰ ਸਿੰਘ 1988 ਨੂੰ, ਨੌਜਵਾਨ ਭਾਈ ਨਿਰਮਲ ਸਿੰਘ 1991, ਪੰਜਾਬ ਪੁਲਿਸ ਸਿਪਾਹੀ ਲਹਿਰ ਦੇ ਹਮਦਰਦ ਭਾਈ ਰਣਜੀਤ ਸਿੰਘ ਖਹਿਰਾ, ਭਾਈ ਸਰਬਜੀਤ ਸਿੰਘ ਨਾਗੋਕੇ, ਭਾਈ ਸੁਖਵਿੰਦਰ ਸਿੰਘ ਨਾਗੋਕੇ, ਸ਼ਹੀਦ ਭਾਈ ਜੱਗਾ ਸਿੰਘ ਨਾਗੋਕੇ, ਸ਼ਹੀਦ ਭਾਈ ਸੁਰਿੰਦਰ ਸਿੰਘ ਗਿੱਲ ਨਾਗੋਕੇ, ਭਾਈ ਮੇਜਰ ਸਿੰਘ ਨਾਗੋਕੇ, ਸ਼ਹੀਦ ਭਾਈ ਜੱਸਾ ਸਿੰਘ ਨਾਗੋਕੇ, ਸ਼ਹੀਦ ਭਾਈ ਲੱਖਾ ਸਿੰਘ, ਸ਼ਹੀਦ ਭਾਈ ਦਲਵਿੰਦਰ ਸਿੰਘ, ਸ਼ਹੀਦ ਭਾਈ ਗੁਰਿੰਦਰ ਸਿੰਘ ਨੇ ਸ਼ਹਾਦਤਾਂ ਦੇ ਕੇ ਪਿੰਡ ਦੇ ਜੁਝਾਰੂ ਕੁਰਬਾਨੀਆਂ ਭਰੇ ਇਤਿਹਾਸ 'ਚ ਅਗਲੇ ਪੰਨਿਆਂ ਦਾ ਵਾਧਾ ਕੀਤਾ। ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ, ਨੰਬਰ 1 ਬੀਬੀ ਜਤਿੰਦਰ ਕੌਰ ਉਰਫ ਰਾਜਵੀਰ ਕੌਰ, ਨੰਬਰ 2 ਭਾਈ ਗੁਰਮੁਖ ਸਿੰਘ ਉਰਫ ਸੰਦੀਪ ਸਿੰਘ ਪਤੀ। ਸ਼ਹੀਦ ਬੀਬੀ ਰਣਜੀਤ ਕੌਰ ਨਾਗੋਕੇ, 9 ਕੱਤਕ ਸੰਮਤ 519, 25 ਅਕਤੂਬਰ 1987, ਸਮਾਂ ਸਵੇਰੇ 7 ਵਜੇ। ਬਾਬਾ ਜਰਨੈਲ ਸਿੰਘ ਖਾਲਸਾ ਨਾਗੋਕੇ ਦੀ ਹੱਥ ਲਿਖਤ ਡੈਰੀ 'ਚ ਉਕਤ ਵੇਰਵਾ ਦਰਜ ਹੈ। ਜਗ੍ਹਾ ਪਿੰਡ ਨਾਗੋਕੇ ਦੇ ਬਾਹਰ ਬਿਜਲੀ ਬੋਰਡ ਦਾ ਦਫ਼ਤਰ। ਪਿੰਡ ਨਾਗੋਕੇ ਦੇ ਬਾਹਰ ਬਿਜਲੀ ਬੋਰਡ ਦਫ਼ਤਰ ਦਾ ਬੂਹਾ ਲੰਘ ਕੇ ਖੁੱਲ੍ਹੇ ਮੈਦਾਨ 'ਚ ਜਾ CRPF ਦੀਆਂ ਭਰੀਆਂ ਗੱਡੀਆਂ ਰੁਕੀਆਂ। ਉਹਨਾਂ ਵਿੱਚੋਂ ਹੀ ਖੂਨ ਨਾਲ ਲੱਥ ਪੱਥ ਬੀਬੀ ਰਣਜੀਤ ਕੌਰ ਨਾਗੋਕੇ ਅਤੇ ਉਸਦੇ ਪਤੀ ਭਾਈ ਗਿਆਨ ਸਿੰਘ ਨਾਗੋਕੇ ਨੂੰ ਉਤਾਰਿਆ। ਭਾਈ ਨਾਗੋਕੇ ਦੇ ਗਿੱਟਿਆਂ 'ਚ ਗੋਲੀ ਮਾਰੀ ਹੋਣ ਕਾਰਨ ਤੁਰੇ ਨਾ ਜਾਣ ਦੇ ਬਾਵਜੂਦ ਵੀ ਉਸ ਨੇ ਆਖਰੀ ਹੰਭਲਾ ਮਾਰ ਕੇ ਨਾਲ ਚੱਲਦੇ ਆ ਰਹੇ CRPF ਦੇ ਸਿਪਾਹੀ ਨੂੰ ਧੱਕਾ ਦੇ ਕੇ ਉਸ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਉਹਨਾਂ ਦੇ ਇੱਕ ਗੋਲੀ ਗਿੱਟੇ 'ਚ, 22 ਸਿਰ 'ਚ ਅਤੇ ਇੱਕ ਗੋਲੀ ਛਾਤੀ ਵਿੱਚ ਮਾਰੀ ਗਈ। ਖਾੜਕੂ ਸਿੰਘਣੀ ਅਤੇ ਸਿੰਘ ਨੂੰ ਪੁਲਿਸ ਹਿਰਾਸਤ 'ਚ ਲੈਣ ਤੋਂ ਬਾਅਦ ਬੀਬੀ ਦੇ ਸਹੁਰਾ ਸਰਦਾਰ ਊਧਮ ਸਿੰਘ, 2 ਨਣਦੋਈਏ ਪਿੰਡ ਨੰਗਲੀ ਤੋਂ ਭਾਈ ਸੁਵਿੰਦਰ ਸਿੰਘ, ਪਿੰਡ ਸਰਲੀ ਕਲਾਂ ਤੋਂ ਭਾਈ ਜਗੀਰ ਸਿੰਘ ਨੂੰ ਥਾਣਾ ਵੈਰੋਵਾਲ ਪੁਲਿਸ ਨੇ ਨਜਾਇਜ਼ ਹਿਰਾਸਤ 'ਚ ਲੈ ਰੱਖਿਆ ਸੀ। ਜੇਠ ਭਾਈ ਮਨਜੀਤ ਸਿੰਘ ਨੂੰ CRPF ਨੇ ਸਵੇਰੇ 6 ਵਜੇ ਘਰੋਂ ਗ੍ਰਿਫਤਾਰ ਕਰਕੇ ਲੈ ਗਈ ਅਤੇ ਪੁਲਿਸ ਮੁਕਾਬਲਾ ਬਣਾਉਣ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਨੂੰ ਸਾਹਮਣੇ ਲਿਆ ਕੇ ਕੁੱਟਮਾਰ ਕੀਤੀ ਅਤੇ ਉਹਨਾਂ ਦੇ ਸਾਹਮਣੇ ਹੀ ਗੋਲੀਆਂ ਮਾਰੀਆਂ। ਇਹ ਅੰਤਾਂ ਦੀ ਜਲਾਲਤ ਦੇਣ ਦੀ ਕੂਟਨੀਤੀ ਸੀ। ਆਖਰੀ ਇਤਿਹਾਸਕ ਵਕਤ, ਸਾਡੇ ਭਰਾ ਦੇ ਸਾਹਮਣੇ ਪਹਿਲਾਂ ਇਕੱਲੀ ਇਕੱਲੀ ਗੋਲੀ ਭਾਈ ਗਿਆਨ ਸਿੰਘ ਨੇ ਮਾਰੀ। ਰਣਜੀਤ ਕੌਰ ਉਹਨਾਂ ਵੱਲ ਤੁਰ ਪਈ। ਪਾਸੇ 'ਤੇ ਪਏ ਇੱਕ ਘੜੇ ਦੇ ਉੱਤੇ ਰੱਖੇ ਗਲਾਸ 'ਚ ਪਾਣੀ ਭਰ ਕੇ ਗਿਆਨ ਸਿੰਘ ਕੋਲ ਲੈ ਗਈ। ਉਸਦੇ ਮੂੰਹ 'ਚ ਪਾਣੀ ਪਾਇਆ, ਮੂੰਹ ਨੂੰ ਚੁੰਨੀ ਨਾਲ ਸਾਫ਼ ਕੀਤਾ ਅਤੇ ਉਸਦੇ ਉੱਤੇ ਡਿੱਗ ਪਈ। ਫੌਜ ਨੇ ਉਸਨੂੰ ਲਾਸ਼ ਕੋਲ ਬਿਠਾ ਕੇ ਲਾਲਚ ਦਿੰਦਿਆਂ ਕਿਹਾ ਕਿ ਜੇ ਤੂੰ ਬਚਣਾ ਹੈ ਤਾਂ ਪ੍ਰੈਸ ਦੇ ਸਾਹਮਣੇ ਬਿਆਨ ਦੇ ਕਿ ਮੇਰੇ ਨਾਲ ਜਬਰੀ ਵਿਆਹ ਕਰਵਾਇਆ ਸੀ ਅਤੇ ਅੱਤਵਾਦੀ ਜਬਰ ਜਨਾਹ ਕਰਦੇ ਸਨ, ਤੂੰ ਜਿੱਥੇ ਕਹੇਂਗੀ ਵਿਆਹ ਦੇਵਾਂਗੇ।
ਉਹ ਉਸ ਵੇਲੇ 6 ਮਹੀਨਿਆਂ ਦੀ ਗਰਭਵਤੀ ਸੀ। ਪਰ ਉਸਨੇ ਸਾਫ਼ ਨਾ ਕਰ ਦਿੱਤੀ ਤਾਂ ਇੱਕ ਅਫਸਰ ਨੇ ਕਿਹਾ, ਇਹਨਾਂ ਦੇ ਅੱਗੇ ਵੀ ਸਪੋੜੀਏ ਹੀ ਜੰਮਣੇ ਹਨ, ਇਸ ਦਾ ਵੀ ਕੰਮ ਮੁਕਾ ਦਿਓ। ਤਾਂ ਬੀਬੀ ਰਣਜੀਤ ਕੌਰ ਦੇ ਵੀ ਫੌਜ ਨੇ 17 ਗੋਲੀਆਂ ਮਾਰੀਆਂ। ਇਹ ਕਤਲ ਸਾਡੇ ਭਰਾ ਮਨਜੀਤ ਸਿੰਘ ਦੇ ਸਾਹਮਣੇ ਕੀਤੇ। ਲਹੂ ਨੁੱਚੜਦੀਆਂ ਲਾਸ਼ਾਂ ਨੂੰ ਵੀ ਕੈਂਟਰਾਂ 'ਚ ਸੁੱਟ ਕੇ ਲੈ ਗਏ। ਬੀਬੀ ਦੇ ਜੇਠ ਫੌਜ 'ਚੋਂ ਸੇਵਾ ਮੁਕਤ ਕੈਪਟਨ ਭਾਈ ਕਰਨੈਲ ਸਿੰਘ ਦੇ ਸ਼ਬਦ। ਲਾਸ਼ਾਂ ਲੈਣ ਲਈ ਸੰਘਰਸ਼। ਪਿੰਡ ਵਾਸੀਆਂ ਨੇ ਪਤਾ ਲਗਾ ਲਿਆ ਕਿ ਯੋਧਿਆਂ ਦੀਆਂ ਲਾਸ਼ਾਂ ਨੂੰ ਤਰਨ ਤਾਰਨ ਦੇ ਥਾਣੇ 'ਚ ਲੈ ਗਏ ਅਤੇ ਖਪਾਉਣ ਦੀ ਤਿਆਰੀ 'ਚ ਹਨ। ਜੈਲਦਾਰ ਜੀਤ ਸਿੰਘ ਅਤੇ ਵੱਡੀ ਗਿਣਤੀ 'ਚ ਨਗਰ ਵਾਸੀਆਂ ਨੇ ਥਾਣੇ ਨੂੰ ਘੇਰਾ ਪਾ ਲਿਆ। ਕਾਫ਼ੀ ਜੱਦੋ ਜਹਿਦ ਬਾਅਦ ਉਹਨਾਂ ਦੀਆਂ ਮ੍ਰਿਤਕ ਦੇਹਾਂ ਵਾਪਸ ਲੈ ਕੇ ਉਹਨਾਂ ਦਾ ਅੰਤਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ 'ਚ ਕੀਤਾ। ਬਾਬਾ ਜਰਨੈਲ ਸਿੰਘ ਵੱਲੋਂ ਹੱਥ ਲਿਖਤ ਡਾਇਰੀ ਦੀ ਇਬਾਰਤ। ਭਾਈ ਗਿਆਨ ਸਿੰਘ ਦਾ ਅੰਤ ਸਮਾਂ ਦਿਨ ਐਤਵਾਰ, ਟਾਈਮ ਸਵੇਰੇ 7:05, 9 ਕੱਤਕ ਸੰਮਤ 2044, 25 ਅਕਤੂਬਰ 1987। ਇਹ ਟਾਈਮ ਧਰਮ ਪਤਨੀ ਦਾ। ਅਗਲਾ ਪੰਨਾ, ਭਾਈ ਸਾਹਿਬ ਗਿਆਨ ਸਿੰਘ ਦੇ ਸਰੀਰ ਵਿੱਚ ਗੋਲੀਆਂ ਦੇ ਨਿਸ਼ਾਨ। ਇੱਕ ਗੋਲੀ ਸੱਜੇ ਗਿੱਟੇ ਵਿੱਚ, 22 ਗੋਲੀਆਂ ਸਿਰ ਵਿੱਚ, ਇੱਕ ਗੋਲੀ ਛਾਤੀ ਵਿੱਚ। ਧਰਮ ਪਤਨੀ ਦੇ 17 ਗੋਲੀਆਂ ਸਿਰ ਵਿੱਚ, ਜੋ ਕਿ ਇਸ਼ਨਾਨ ਕਰਾਉਣ ਸਮੇਂ ਦੇਖੀਆਂ ਗਈਆਂ। ਅਗਲਾ ਪੰਨਾ, ਫੁੱਲ ਚੁਗਣ, ਦਿਨ ਬੁੱਧਵਾਰ, ਟਾਈਮ ਸਵੇਰੇ 11 ਵਜੇ। ਅਗਲਾ ਪੰਨਾ, ਭੋਗ ਕਿਸ ਦਿਨ, ਸੋਮਵਾਰ, 17 ਕੱਤਕ ਸੰਮਤ 2044, 2 ਨਵੰਬਰ 1987, ਦਿਨੇ 1 ਵਜੇ। ਅਗਲਾ ਪੰਨਾ, ਭਾਈ ਸਾਹਿਬ ਭਾਈ ਗਿਆਨ ਸਿੰਘ ਸ਼ਹੀਦ ਦੀ ਸ਼ਾਦੀ 1987 ਈਸਵੀ ਦੀਆਂ ਹੋਲੀਆਂ ਤੋਂ 3 ਦਿਨ ਪਹਿਲੇ। ਭਾਈ ਸਾਹਿਬ ਭਾਈ ਗਿਆਨ ਸਿੰਘ ਸ਼ਹੀਦ ਚੇਤਰ 12 ਦਿਨ ਸ਼ਨੀਵਾਰ 4 ਵਜੇ ਦਾ ਜਨਮ, 1961 ਈਸਵੀ 12 ਚੇਤਰ ਸ਼ਨੀਵਾਰ 4 ਵਜੇ। ਸ਼ਾਦੀ ਫਰਵਰੀ 22, ਜਦੋਂ ਸ਼ਹੀਦ ਕੀਤੇ ਗਏ ਸ਼ਾਦੀ ਨੂੰ 3 ਦਿਨ ਘੱਟ 8 ਮਹੀਨੇ ਹੋਏ ਸਨ। ਅੰਤਮ ਨਿਸ਼ਾਨੀਆਂ ਅਤੇ ਕਵਿਤਾਵਾਂ। ਬੀਬੀ ਰਣਜੀਤ ਕੌਰ ਦੇ ਖੂਨ ਨਾਲ ਲੱਥ ਪੱਥ ਚੁੰਨੀ, ਕਮੀਜ਼ ਅਤੇ ਸਲਵਾਰ, ਭਾਈ ਸਾਹਿਬ ਦੀ ਪੈਂਟ ਅਤੇ ਕਮੀਜ਼ ਅੱਜ ਵੀ ਨਾਗੋ ਕੇ ਪਰਿਵਾਰ ਕੋਲ ਸਾਂਭੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸ਼ਹੀਦ ਭਾਈ ਗਿਆਨ ਸਿੰਘ ਦੀਆਂ ਧਾਰਮਿਕ ਕਵਿਤਾਵਾਂ ਅਤੇ ਕੁਝ ਲਿਖਤਾਂ ਉਹਨਾਂ ਦੇ ਭਤੀਜੇ ਭਾਈ ਸਰਬਜੀਤ ਸਿੰਘ ਨਾਗੋਕੇ ਕੋਲ ਮੌਜੂਦ ਹਨ। ਪਰਿਵਾਰਕ ਪਿਛੋਕੜ। ਰਣਜੀਤ ਕੌਰ ਦਾ ਜਨਮ ਪਿੰਡ ਦੂਨੀਆਂ ਸੰਧੂਆਂ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਉਸ ਨੇ ਕਾਲਜ 'ਚ ਬੈਚੁਲਰ ਆਫ ਆਰਟਸ ਅਤੇ ਵੋਕੇਸ਼ਨਲ ਦੀ ਡਿਗਰੀ ਕੀਤੀ ਹੋਈ ਸੀ। ਉਸ ਦੇ ਰਿਸ਼ਤੇ ਦੀ ਗੱਲ ਚੱਲੀ ਤਾਂ ਉਸ ਨੇ ਕਿਸੇ ਖਾੜਕੂ ਸਿੰਘ ਨਾਲ ਹੀ ਵਿਆਹ ਕਰਵਾ ਕੇ ਜ਼ਿੰਦਗੀ ਕੌਮ ਦੇ ਲੇਖੇ ਲਾਉਣ ਦੀ ਸ਼ਰਤ ਰੱਖੀ। ਉਹ ਉੱਘੇ ਖਾੜਕੂ ਭਾਈ ਸੁਖਦੇਵ ਸਿੰਘ ਝਾਮਕਾ ਦੀ ਭੂਆ ਦੀ ਕੁੜੀ ਸੀ ਅਤੇ ਭਾਈ ਸੁਖਦੇਵ ਸਿੰਘ ਨੇ ਹੀ ਉਹਨਾਂ ਦਾ ਰਿਸ਼ਤਾ ਕਰਵਾਇਆ ਸੀ। ਉਹਨਾਂ ਦੇ ਆਨੰਦ ਕਾਰਜ 24 ਫਰਵਰੀ 1987 ਨੂੰ ਹੋਏ। ਉਹਨਾਂ ਦੇ ਵਿਆਹ ਹੋਏ ਨੂੰ ਅਜੇ 3 ਦਿਨ ਘੱਟ 8 ਮਹੀਨੇ ਹੀ ਹੋਏ ਸਨ ਕਿ ਉਹ ਸ਼ਹਾਦਤ ਦੇ ਰਾਹ ਚਲੇ ਗਏ। ਉਸ ਵੇਲੇ ਉਹਨਾਂ ਦੀ ਉਮਰ 26 ਸਾਲ ਦੇ ਕਰੀਬ ਸੀ। ਭਾਈ ਸਾਹਿਬ ਦਾ ਜੀਵਨ। ਭਾਈ ਗਿਆਨ ਸਿੰਘ ਦਾ ਜਨਮ ਇਤਿਹਾਸਕ ਪਿੰਡ ਨਾਗੋਕੇ ਵਿਖੇ ਮਾਤਾ ਤੇਜ ਕੌਰ ਅਤੇ ਪਿਤਾ ਸਰਦਾਰ ਊਧਮ ਸਿੰਘ ਦੇ ਘਰ ਹੋਇਆ। ਉਹ 4 ਭਰਾ ਬਾਬਾ ਜਰਨੈਲ ਸਿੰਘ, ਕੈਪਟਨ ਕਰਨੈਲ ਸਿੰਘ, ਮਨਜੀਤ ਸਿੰਘ, ਗਿਆਨ ਸਿੰਘ
ਦੋ ਭੈਣਾਂ ਮਹਿੰਦਰ ਕੌਰ ਅਤੇ ਹਰਦੀਪ ਕੌਰ ਸਨ। ਉਡਾਰ ਹੁੰਦਿਆਂ ਹੀ ਉਹਨਾਂ ਦਾ ਲਗਾਓ ਗੁਰਬਾਣੀ ਨਾਲ ਹੋ ਗਿਆ। ਉਹਨਾਂ ਦੇ ਸੁਭਾਅ 'ਚ ਖਾੜਕੂਪਨ ਸੀ। ਪਿੰਡ ਦੇ ਗੰਗਾ ਸਿੰਘ ਵਾਲਾ ਗੁਰਦੁਆਰਾ ਸਾਹਿਬ 'ਚ ਜਦੋਂ ਭਾਈ ਰਣਜੀਤ ਸਿੰਘ ਆਏ ਤਾਂ ਉਹਨਾਂ ਦੇ ਪ੍ਰਭਾਵ ਕਾਰਨ ਉਹਨਾਂ ਦੀ ਰੁਚੀ ਗੱਤਕੇ ਵੱਲ ਵੀ ਹੋ ਗਈ। ਜਿਵੇਂ ਧਾਰਮਿਕਤਾ ਵਾਲੇ ਪਾਸੇ ਲਗਨ ਵੱਧਦੀ ਗਈ ਤਾਂ ਉਸ ਨੇ ਪੜ੍ਹਾਈ ਛੱਡ ਦਿੱਤੀ ਅਤੇ ਫਿਰ ਸ੍ਰੀ ਦਰਬਾਰ ਸਾਹਿਬ ਜਾਣ ਲੱਗ ਪਏ ਸਨ। ਭਰਾ ਕੈਪਟਨ ਕਰਨੈਲ ਸਿੰਘ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਹੁਕਮ। ਸ਼ਹੀਦ ਭਾਈ ਗਿਆਨ ਸਿੰਘ ਨਾਗੋਕੇ ਦਾ ਘੱਲੂਘਾਰਾ ਜੂਨ 84 ਤੋਂ ਪਹਿਲਾਂ ਹੀ 78 ਦੇ ਨਿਰੰਕਾਰੀ ਕਾਂਡ ਵੇਲੇ ਤੋਂ ਸੰਤਾਂ ਨਾਲ ਰਾਬਤਾ ਸੀ। ਆਪਣੀ ਸ਼ਹੀਦੀ ਤੋਂ ਪਹਿਲਾਂ ਸੰਤਾਂ ਨੇ ਉਹਨਾਂ ਨੂੰ ਆਪਣੇ ਹੋਰ ਸਿੰਘਾਂ ਅਤੇ ਗੜਬਈ ਭਾਈ ਰਾਮ ਸਿੰਘ ਸਮੇਤ 5 ਜੂਨ ਨੂੰ ਸੁਰੱਖਿਅਤ ਕੱਢ ਦਿੱਤਾ ਸੀ। ਬਾਹਰ ਆ ਕੇ ਉਹਨਾਂ ਹਥਿਆਰਬੰਦ ਸਰਗਰਮੀਆਂ ਜਾਰੀ ਰੱਖੀਆਂ। ਹਥਿਆਰਾਂ ਦਾ ਪ੍ਰਬੰਧ ਕਰਨ ਲਈ ਉਹ ਪਾਕਿਸਤਾਨ ਚਲੇ ਗਏ। ਵਾਪਸ ਆ ਕੇ ਉਹ ਆਪਣੇ ਭਰਾ ਕੈਪਟਨ ਕਰਨੈਲ ਸਿੰਘ ਦੇ ਫੌਜੀ ਛਾਉਣੀ ਮੇਠ 'ਚ ਬਣੇ ਕੁਆਟਰ 'ਚ ਗਏ। ਉਹਨਾਂ ਦੀ ਹੱਡ ਬੀਤੀ ਵਾਰਤਾ। ਬਹੁਤ ਦਿਨ ਭੁੱਖਾ ਤਿਹਾਇਆ ਰਹਿ ਕੇ ਪਾਕਿਸਤਾਨ ਸੀਮਾ ਪਾਰ ਕੀਤੀ। ਇਸੇ ਕਰਕੇ ਉਸ ਵੇਲੇ ਉਸਦੀ ਪਾਚਣ ਸ਼ਕਤੀ ਖਤਮ ਹੋਣ ਕਿਨਾਰੇ ਸੀ। ਹਲਕਾ ਫੁਲਕਾ ਖਵਾ ਕੇ ਕਾਇਮ ਕੀਤਾ। ਇਹ ਕਹਿ ਕੇ ਚਲਿਆ ਗਿਆ ਕਿ ਯੂਪੀ ਵੱਲ ਵੀ ਹਥਿਆਰਾਂ ਦਾ ਪ੍ਰਬੰਧ ਕਰਨਾ, ਫਿਰ ਅਸੀਂ 3 ਮਹੀਨੇ ਨਹੀਂ ਮਿਲੇ। ਪਰਿਵਾਰਕ ਮੈਂਬਰਾਂ 'ਤੇ ਜ਼ੁਲਮ। ਬੀਬੀ ਰਣਜੀਤ ਕੌਰ ਦੇ ਸਹੁਰਾ ਪਰਿਵਾਰ ਅਤੇ ਵਿਆਹੀਆਂ ਨਣਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ 'ਚ ਲਿਜਾ ਕੇ ਤਸ਼ੱਦਦ ਕੀਤਾ। ਉਹਨਾਂ ਦੇ ਜੇਠ ਭਾਈ ਮਨਜੀਤ ਸਿੰਘ 'ਤੇ ਵੀ ਜ਼ੁਲਮ ਕੀਤਾ ਅਤੇ ਉਹਨਾਂ ਦੇ ਸਾਹਮਣੇ ਕਤਲ ਕੀਤੇ। ਮਾਨਸਿਕ ਅਤੇ ਸਰੀਰਕ ਤਸ਼ੱਦਦ ਕਾਰਨ ਇਸ ਘਟਨਾ ਤੋਂ ਬਾਅਦ ਉਹ ਆਖਰੀ ਸਮੇਂ ਤੱਕ ਮਾਨਸਿਕ ਤਣਾਅ ਗ੍ਰਸਤ ਰਹੇ। ਪਹਿਲੀ ਅਤੇ ਆਖਰੀ ਮਿਲਣੀ। ਸਵੇਰ ਦੇ 4 ਵਜੇ ਮੇਠ ਛਾਉਣੀ ਦੇ ਇੱਕ ਕੁਆਟਰ 'ਤੇ ਠੱਕ ਠੱਕ ਦੀ ਆਵਾਜ਼ ਹੋਣ 'ਤੇ ਕੈਪਟਨ ਦੀ ਜੀਵਨ ਸਾਥਣ ਨੇ ਦਰਵਾਜ਼ੇ ਦੀ ਬਿੱਲ 'ਚੋਂ ਝਾਕ ਕੇ ਬੂਹਾ ਖੋਲ੍ਹਿਆ ਤਾਂ ਸਾਹਮਣੇ ਭਾਈ ਗਿਆਨ ਸਿੰਘ ਨਾਗੋਕੇ ਨੇ ਮੁਸਕਰਾਉਂਦਿਆਂ ਕਿਹਾ, ਦੇਖਣ ਕੀ ਡਏ ਜੇ ਭਾਬੀ ਜੀ, ਬਾਹਰ ਤੁਹਾਡੀ ਭੈਣ ਖੜ੍ਹੀ ਹੈ, ਆਣ ਕੇ ਲੈ ਆਓ। ਪਹਿਲੀ ਵਾਰ ਆਪਣੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਆਈ ਬੀਬੀ ਰਣਜੀਤ ਕੌਰ ਅਤੇ ਗਿਆਨ ਸਿੰਘ ਇੱਥੇ 20 ਦਿਨ ਰਹੇ। ਇੱਕ ਦਿਨ ਰਣਜੀਤ ਕੌਰ ਮੈਨੂੰ ਕਹਿਣ ਲੱਗੀ ਕਿ ਭਾਅ ਜੀ, ਆਪਣੀਆਂ ਪੈਲੀਆਂ ਖੇਤਾਂ 'ਚ ਉੱਗੀਆਂ ਫਸਲਾਂ ਤਾਂ ਦੇਖ ਆਈ ਸੀ, ਪਰ ਘਰ ਪਤਾ ਨਹੀਂ ਕਦੋਂ ਦੇਖਣਾ, ਦੇਖਿਆ ਜਾਣਾ ਵੀ ਹੈ ਜਾਂ ਨਹੀਂ ਇਹ ਵੀ ਨਹੀਂ ਪਤਾ। ਫਿਰ ਗਿਆਨ ਸਿੰਘ ਹੱਸਦਾ ਕਹਿਣ ਲੱਗਿਆ, ਇਸ ਵੱਡੀ ਖਾੜਕੂ ਤੋਂ 2 ਸਟੇਨ ਗੰਨਾ ਨਹੀਂ ਚੁੱਕ ਕੇ ਪੈਲੀ 'ਚੋਂ ਦੀ ਲੰਘਿਆ ਗਿਆ। ਹੱਸਦੇ ਖੇਡਦੇ ਰਹੇ, ਪਰ ਸਾਨੂੰ ਇਹ ਨਹੀਂ ਸੀ ਪਤਾ ਬਈ ਇਹ ਪਹਿਲੀ ਦੇ ਨਾਲ ਨਾਲ ਆਖਰੀ ਮਿਲਣੀ ਹੈ। ਭਾਈ ਕਰਨੈਲ ਸਿੰਘ ਹੱਥ ਘੜੀ ਸਮੇਤ ਚੱਲਦੀ ਗੱਡੀ 'ਚ ਫਰਾਰ। ਬੀਬੀ ਰਣਜੀਤ ਕੌਰ ਅਤੇ ਉਹਨਾਂ ਦੇ ਪਤੀ ਗਿਆਨ ਸਿੰਘ ਨਾਗੋਕੇ ਨੂੰ 16 ਜਾਂ 17 ਅਕਤੂਬਰ 1987 ਨੂੰ ਕਿਸੇ ਦੀ ਮੁਖਬਰੀ 'ਤੇ ਕਿਸੇ ਥਾਂ ਤੋਂ ਫੌਜ ਨੇ ਹਿਰਾਸਤ 'ਚ ਲੈ ਲਿਆ ਸੀ। ਉਹਨਾਂ ਨੂੰ ਰੇਲ ਗੱਡੀ ਰਾਹੀਂ ਲਿਆਂਦਾ ਜਾ ਰਿਹਾ ਸੀ। ਬਿਆਸ ਕੋਲ ਆ ਕੇ ਭਾਈ ਨਾਗੋਕੇ ਨੇ ਪਖਾਨਾ ਜਾਣ ਦੀ ਗੱਲ ਕਹੀ। ਦੋਹਾਂ ਦੇ ਇਕੱਠੀ ਹੱਥ ਘੜੀ ਲੱਗੀ ਹੋਣ ਕਾਰਨ ਸਿਪਾਹੀਆਂ ਨੇ ਦੋਹਾਂ ਨੂੰ ਤੋਰ ਦਿੱਤਾ। ਉਹ ਬਾਥਰੂਮ 'ਚ ਦਾਖਲ ਹੋਏ, ਆਪਣੇ ਹੱਥ ਘੜੀ ਨੂੰ ਜ਼ੋਰ ਨਾਲ ਖਿੱਚ ਕੇ ਵਿੱਚੋਂ ਹੱਥ ਕੱਢ ਲਏ। ਹੱਥ ਬੁਰੀ ਤਰ੍ਹਾਂ ਛਿੱਲਿਆ ਗਿਆ। ਜਦੋਂ ਦੇਖਿਆ ਕਿ ਗੱਡੀ ਦੀ ਰਫ਼ਤਾਰ ਘੱਟ ਰਹੀ ਹੈ ਤਾਂ ਰਣਜੀਤ ਕੌਰ ਦੇ ਲੱਗੀ ਹੱਥ ਘੜੀ ਸਮੇਤ ਛਾਲਾਂ ਮਾਰ ਕੇ ਫਰਾਰ ਹੋ ਗਏ।
4 ਕਿਲੋਮੀਟਰ ਭੱਜ ਕੇ ਉਹ ਨੇੜਲੇ ਪਿੰਡ ਦੇਲਾਂਵਾਲ ਆਪਣੇ ਨਾਨਕਿਆਂ ਦੇ ਘਰ ਚਲੇ ਗਏ। ਪਿੰਡ ਦੇ ਲੁਹਾਰ ਤੋਂ ਬੀਬੀ ਰਣਜੀਤ ਕੌਰ ਦੀ ਹੱਥ ਘੜੀ ਵਡਾਈ, ਖੂਨ ਨਾਲ ਲੱਥ ਪੱਥ ਕੱਪੜੇ ਬਦਲੇ। ਕੁਝ ਦਿਨ ਉੱਥੇ ਰਹਿਣ ਬਾਅਦ ਜਦੋਂ ਪਿੰਡ ਮੱਲੀਆਂ ਤੋਂ ਬੱਸ ਚੜ੍ਹਨ ਲੱਗੇ ਤਾਂ ਕਿਸੇ ਨੇ ਫਿਰ ਚੁਗਲੀ ਕਰ ਦਿੱਤੀ। ਐਤਕੀ ਫੌਜ ਪੂਰੀ ਤਿਆਰੀ ਨਾਲ ਅਗਵਾ ਕਰਨ 'ਚ ਕਾਮਯਾਬ ਹੋ ਗਈ ਸੀ। ਬੀਬੀ ਰਣਜੀਤ ਕੌਰ ਨਾਗੋਕੇ ਅਤੇ ਉਹਨਾਂ ਦੇ ਪਤੀ ਭਾਈ ਗਿਆਨ ਸਿੰਘ ਨਾਗੋਕੇ ਨੇ ਸ਼ਹਾਦਤਾਂ ਦੇ ਕੇ ਖਾਲਸਾ ਰਾਜ ਦੀ ਜੋਤ ਨੂੰ ਜਗਦਾ ਰੱਖਿਆ। ਸ਼ਹਾਦਤਾਂ ਦੇਣ ਵਾਲੇ ਪਰਿਵਾਰਕ ਮੈਂਬਰ, ਨੰਬਰ 1 ਮਾਤਾ ਰਣਜੀਤ ਕੌਰ ਨਾਗੋਕੇ, ਨੰਬਰ 2 ਭਾਈ ਗਿਆਨ ਸਿੰਘ ਨਾਗੋਕੇ ਪਤੀ, ਨੰਬਰ 3 ਭਾਈ ਸੁਖਦੇਵ ਸਿੰਘ ਝਾਮਕਾ ਮਾਮੇ ਦਾ ਪੁੱਤ। ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ, ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਭਾਗ 5, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।